ਸਤਿ ਸ਼੍ਰੀ ਅਕਾਲ ਦੋਸਤੋ, ਬਲਿਹਾਰੀ ਕੁਦਰਤ ਆਡੀਓ ਮੈਗਜ਼ੀਨ ਦਾ 20ਵਾਂ ਅੰਕ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ ਹਾਂ, ਉਮੇਂਦਰ ਦੱਤ। ਦੋਸਤੋ, ਕੁਦਰਤੀ ਖੇਤੀ ਦੇ ਵਿੱਚ ਜਿਹੜੀ ਤਕਨੀਕਾਂ ਨੇ ਕਈ, ਉਹਨਾਂ 'ਚ ਇੱਕ ਤਕਨੀਕ ਹੈਗੀ ਹੈ ਹਰੀ ਖਾਦ ਦੀ। ਹਰੀ ਖਾਦ ਦੀ ਜਿਹੜੀ ਬਿਜਾਈ ਕੀਤੀ ਜਾਂਦੀ ਹੈ ਕੁਛ, ਔਰ ਫਿਰ ਉਹਨੂੰ ਮੁੜ ਕੇ ਖੇਤ 'ਚ ਹੀ ਮਿਲਾਤਾ ਜਾਂਦਾ ਹੈ। ਹਰੀ ਖਾਦ ਦੀ ਕਈ ਤਕਨੀਕਾਂ ਵਿਕਸਿਤ ਹੋਈਆਂ ਨੇ ਪੂਰੇ ਦੇਸ਼ 'ਚ। ਉਹਨਾਂ 'ਚੋਂ ਇੱਕ ਤਕਨੀਕ ਵਿਕਸਿਤ ਹੋਈ ਜਿਹਨੂੰ ਕਿਹਾ ਜਾਂਦਾ ਹੈ ਔਰੋਗਰੀਨ। ਇਹ ਜਿਹੜੇ ਔਰੋਵਿਲੇ ਇੱਕ, ਮਤਲਬ ਇੱਕ ਤਰ੍ਹਾਂ ਦਾ ਕਮਿਊਨ ਹੈ ਜਿੱਥੇ ਲੋਕ ਰਹਿੰਦੇ ਨੇ ਪੌਂਡੀਚਰੀ ਦੇ ਨਾਲ, ਜਿੱਥੇ ਕੁਦਰਤੀ ਖੇਤੀ ਦੀ ਕਈ ਤਕਨੀਕਾਂ ਵਿਕਸਿਤ ਕੀਤੀਆਂ ਨੇ ਲੋਕਾਂ ਨੇ। ਇਹ ਉਹਨਾਂ ਲੋਕਾਂ ਨੇ ਇੱਕ ਖਾਸ ਤਰੀਕੇ ਦੇ ਨਾਲ ਝਾੜ ਵਧਾਉਣ ਵਾਸਤੇ ਔਰ ਮਿੱਟੀ ਦੀ ਉਗਰ ਸ਼ਕਤੀ ਵਧਾਉਣ ਵਾਸਤੇ ਜਿਹੜਾ ਹਰੀ ਖਾਦ ਦੀ ਤਕਨੀਕ ਨੂੰ ਇਜਾਦ ਕੀਤਾ, ਉਹਨੂੰ ਨਾਮ ਦਿੱਤਾ ਗਿਆ ਔਰੋਗਰੀਨ। ਸੋ ਦੋਸਤੋ, ਆਓ ਸੁਣਦੇ ਹਾਂ ਔਰੋਗਰੀਨ ਕੀ ਹੁੰਦਾ ਹੈ ਔਰ ਔਰੋਗਰੀਨ ਦੀ ਤਕਨੀਕ ਕਿਸ ਤਰ੍ਹਾਂ ਅਪਣਾਈ ਜਾ ਸਕਦੀ ਹੈ। ਕਿਸਾਨ ਵੀਰੋ, ਆਓ ਗੱਲ ਕਰਦੇ ਹਾਂ ਮਿਸ਼ਰਤ ਹਰੀ ਖਾਦ ਬਾਰੇ। ਮਿਸ਼ਰਤ ਹਰੀ ਖਾਦ ਨੂੰ ਔਰੋਗਰੀਨ ਵੀ ਕਿਹਾ ਜਾਂਦਾ, ਅਤੇ ਔਰੋਗਰੀਨ ਦਾ ਜਿਹੜਾ ਕੰਸੈਪਟ ਹੈਗਾ, ਵਿਚਾਰ ਹੈਗਾ, ਇਹ ਔਰੋਵਿਲ ਆਸ਼ਰਮ ਪੌਂਡੀਚੇਰੀ ਤੋਂ ਬਣ ਪਿਆ ਸੀ। ਜਦੋਂ ਅਸੀਂ ਔਰੋਗਰੀਨ ਦੀ ਗੱਲ ਕਰਦੇ ਹਾਂ ਤਾਂ ਇਹਦਾ ਸਿੱਧਾ ਜਿਹਾ ਮਤਲਬ ਹੈਗਾ ਮਿਸ਼ਰਤ ਹਰੀ ਖਾਦ ਨੂੰ ਆਪਣੀ ਜ਼ਮੀਨ ਦੇ ਵਿੱਚ ਬੀਜ ਬੀਜ ਕੇ ਵਾਹੁਣਾ ਅਤੇ ਇਹਦੇ ਨਾਲ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਣਾ। ਆਮ ਤੌਰ 'ਤੇ ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਜਾਂ ਉੱਤਰ ਭਾਰਤ ਦੇ ਵਿੱਚ ਜਦੋਂ ਹਰੀ ਖਾਦ ਦੀ ਗੱਲ ਕੀਤੀ ਜਾਂਦੀ ਹੈ ਤਾਂ ਲੋਕ ਜੰਤਰ ਢੈਂਚਾ ਜਾਂ ਮੂੰਗੀ ਨੂੰ ਹੀ ਹਰੀ ਖਾਦ ਦੇ ਤੌਰ 'ਤੇ ਮੰਨਦੇ ਆ। ਕੁਝ ਇਲਾਕਿਆਂ ਵਿੱਚ ਸਣ ਨੂੰ ਵੀ ਹਰੀ ਖਾਦ ਦੇ ਤੌਰ 'ਤੇ ਬੀਜਿਆ ਜਾਂਦਾ, ਹਰਵਾਹ ਜਾਂ ਲੋਬੀਆ ਇਹਨੂੰ ਵੀ ਹਰੀ ਖਾਦ ਦੇ ਤੌਰ 'ਤੇ ਬੀਜਿਆ ਜਾਂਦਾ। ਜਦੋਂ ਕਿ ਮਿਸ਼ਰਤ ਹਰੀ ਖਾਦ ਜਾਂ ਔਰੋਗਰੀਨ ਇਹਨਾਂ ਸਾਰਿਆਂ ਤੋਂ ਇੱਕ ਵੱਖਰਾ ਵਿਚਾਰ ਹੈ, ਵੱਖਰਾ ਕੰਸੈਪਟ ਹੈ। ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, 6 ਕਿਲੋ ਦੋ ਦਲੇ ਬੀਜ ਲੈਂਦੇ ਹਾਂ, ਮਤਲਬ ਦਾਲ ਬੀਜ, ਫਲੀਦਾਰ ਬੀਜ, 3 ਕਿਲੋ ਅਨਾਜਾਂ ਦੇ ਬੀਜ ਲੈਂਦੇ ਹਾਂ ਅਤੇ 1 ਕਿਲੋ ਤੇਲ ਬੀਜ ਲੈਂਦੇ ਹਾਂ ਅਤੇ ਕੋਈ ਪਾਈਆ ਤੋਂ 1/2 ਕਿਲੋ ਮਸਾਲਿਆਂ ਵਾਲੇ ਬੀਜ ਲੈਂਦੇ ਹਾਂ, ਜਿਹਦੇ ਵਿੱਚ ਸਬਜ਼ੀਆਂ ਦੇ ਬੀਜ ਵੀ ਸ਼ਾਮਿਲ ਹੁੰਦੇ ਆ। ਤਾਂ ਇਹ ਸਾਰੇ ਤਰ੍ਹਾਂ ਦੇ ਬੀਜ ਮਿਕਸ ਕਰਕੇ ਕੁੱਲ 10.5-11 ਕਿਲੋ ਵਜ਼ਨ ਜਿਹੜਾ ਬਣ ਜਾਂਦਾ ਪ੍ਰਤੀ ਏਕੜ ਦੇ ਹਿਸਾਬ ਨਾਲ। ਖੇਤਾਂ ਵਿੱਚ ਇਹਦੀ ਬਿਜਾਈ ਕੀਤੀ ਜਾਂਦੀ ਹੈ ਅਤੇ ਇਹਦਾ ਪਾਲਣ ਪੋਸ਼ਣ ਕੀਤਾ ਜਾਂਦਾ। ਜਦੋਂ ਇਹ ਪੌਦੇ ਆਪਣੇ ਖੇਤ ਦੇ ਵਿੱਚ 1.5-1.5 ਮਹੀਨੇ ਦੇ ਹੋ ਜਾਂਦੇ ਆ ਤਾਂ ਇਹਨਾਂ ਨੂੰ ਵਾਪਸ ਜ਼ਮੀਨ ਦੇ ਵਿੱਚ ਵਾਹ ਦਿੱਤਾ ਜਾਂਦਾ। ਇਹ ਵਾਪਸ ਜ਼ਮੀਨ ਦੇ ਵਿੱਚ ਵਾਹੁਣ ਨਾਲ ਹੁੰਦਾ ਕੀ ਹੈ, ਉਹ ਸਭ ਤੋਂ ਮਹੱਤਵਪੂਰਨ ਹੈ। ਆਯੁਰਵੇਦ ਦੇ ਵਿੱਚ ਕਿਹਾ ਗਿਆ ਕਿ ਸੰਤੁਲਿਤ ਭੋਜਨ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਦੇ ਵਿੱਚ 6 ਰਸ ਹੁੰਦੇ ਆ। ਤਾਂ ਜਦੋਂ ਅਸੀਂ ਔਰੋਗਰੀਨ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੋਈ 15-20 ਪ੍ਰਕਾਰ ਦੇ ਬੀਜ ਜਿਹੜੇ ਹੈਗੇ ਵੱਖ ਵੱਖ ਫਸਲਾਂ ਦੇ ਮਿਕਸ ਕਰਕੇ ਖੇਤ ਵਿੱਚ ਬੀਜੇ ਜਾਂਦੇ ਆ। ਹਰੇਕ ਪੌਦੇ ਦਾ ਆਪਣਾ ਹੀ ਟੇਸਟ ਸਵਾਦ ਹੁੰਦਾ ਅਤੇ ਹਰੇਕ ਪੌਦੇ ਨੂੰ ਜੜ੍ਹ ਤੋਂ, ਜ਼ਮੀਨ ਤੋਂ ਜੜ੍ਹ ਤੱਕ ਸਪਲਾਈ ਦੇਣ ਵਾਲੇ ਵੱਖ ਵੱਖ ਤਰ੍ਹਾਂ ਦੇ ਜੀਵ ਹੁੰਦੇ ਆ, ਜੀਵਾਣੂ ਹੁੰਦੇ ਆ, ਅਤੇ ਹਰੇਕ ਪੌਦਾ ਆਪਣੇ ਵਾਧੇ ਵਿਕਾਸ ਲਈ ਵੱਖ ਵੱਖ ਤੱਤ, ਹਵਾ, ਪਾਣੀ, ਮਿੱਟੀ ਅਤੇ ਰੌਸ਼ਨੀ ਤੋਂ ਗ੍ਰਹਿਣ ਕਰਦਾ। ਸੋ ਜਦੋਂ ਅਸੀਂ ਇੱਕ ਤੋਂ ਜ਼ਿਆਦਾ ਤਰ੍ਹਾਂ ਦੇ ਪੌਦੇ ਬੀਜਾਂਗੇ ਤਾਂ ਇਹ ਤਿੰਨੇ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਖੇਤ ਦੇ ਵਿੱਚ, ਸਾਡੀ ਜਿਹੜੀ ਟੌਪ ਸੋਇਲ ਹੈ, ਪਹਿਲੇ 9 ਇੰਚਾਂ ਦੀ ਮਿੱਟੀ ਹੈ, ਉਹਦੇ ਵਿੱਚ ਉਪਲਬਧ ਹੋ ਜਾਂਦੀਆਂ ਹਨ। ਤਾਂ ਇਸ ਕਰਕੇ ਸਾਨੂੰ ਜਿਹੜਾ ਹੈਗਾ ਮਿਸ਼ਰਤ ਹਰੀ ਖਾਦ ਨੂੰ ਲਾਜ਼ਮੀ ਆਪਣੇ ਖੇਤਾਂ ਦੇ ਵਿੱਚ ਥਾਂ ਦੇਣੀ ਚਾਹੀਦੀ ਹੈ। ਹੁਣ ਜਿਹੜੀ ਮਿਸ਼ਰਤ ਹਰੀ ਖਾਦ ਹੈਗੀ ਹੈ ਇਹਦੇ ਨਾਲ ਹੁੰਦਾ ਕੀ ਹੈ, ਜਦੋਂ ਅਸੀਂ ਮਿਸ਼ਰਤ ਹਰੀ ਖਾਦ ਨੂੰ ਖੇਤ ਦੇ ਵਿੱਚ ਵਾਹ ਦਿੰਦੇ ਹਾਂ ਤਾਂ ਮਿਸ਼ਰਤ ਹਰੀ ਖਾਦ ਜਿਹੜੀ ਕਿ ਕੋਈ 15-20 ਪ੍ਰਕਾਰ ਦੇ ਪੌਦਿਆਂ ਨੂੰ ਜ਼ਮੀਨ ਵਿੱਚ ਮਿਲਾਇਆ ਜਾਂਦਾ ਜਿਹਦੇ ਤਹਿਤ, ਤਾਂ ਉਹਨਾਂ ਸਾਰੇ ਪੌਦਿਆਂ ਨੇ ਜੋ ਕੁਝ ਹਵਾ, ਪਾਣੀ, ਰੌਸ਼ਨੀ ਅਤੇ ਮਿੱਟੀ ਤੋਂ ਲਿਆ ਸੀਗਾ ਉਹ ਸਾਰਾ ਕੁਝ ਸਾਡੀ ਜ਼ਮੀਨ ਦੇ ਵਿੱਚ ਆ ਜਾਂਦਾ। ਤਾਂ ਇਹਦੇ ਨਾਲ ਪਹਿਲਾ ਕੰਮ ਇਹ ਹੁੰਦਾ ਕਿ ਮਿਸ਼ਰਤ ਹਰੀ ਖਾਦ ਵਾਹੁਣ ਤੋਂ ਬਾਅਦ ਬੀਜੀ ਗਈ ਕਿਸੇ ਵੀ ਫਸਲ ਦੇ ਵਿੱਚ ਤੱਤਾਂ ਦੀ ਘਾਟ ਨਹੀਂ ਆਉਂਦੀ। ਦੂਸਰੇ ਨੰਬਰ 'ਤੇ ਸਾਡੀ ਜਿਹੜੀ ਟੌਪ ਸੋਇਲ ਹੈ, ਪਹਿਲੇ 9 ਇੰਚਾਂ ਦੀ ਮਿੱਟੀ, ਉਹਦੇ ਵਿੱਚ ਅਨੰਤ ਕੋਟੀ, ਮਤਲਬ
ਅਨੇਕਾਂ ਪ੍ਰਕਾਰ ਦੇ ਜਿਹੜੇ ਸੂਖਮ ਜੀਵ ਆ ਉਹ ਉਪਲਬਧ ਹੋ ਜਾਂਦੇ ਜ਼ਮੀਨ 'ਚੋਂ ਭੋਜਨ ਲੈ ਕੇ ਪੌਦਿਆਂ ਨੂੰ ਦੇਣ ਵਾਲੇ, ਅਤੇ ਹਰ ਪੌਦੇ ਦਾ ਟੇਸਟ ਵੱਖਰਾ ਹੋਣ ਕਰਕੇ 6 ਦੇ 6 ਰਸ ਵੀ ਜਿਹੜੇ ਹੈਗੇ ਆ ਸਾਡੀ ਜਿਹੜੀ ਹੈਗੀ ਆ ਮਿੱਟੀ ਦੇ ਵਿੱਚ ਉਪਲਬਧ ਹੋ ਜਾਂਦੇ ਆ। ਸੋ ਇਸ ਤਰ੍ਹਾਂ ਜਿਹੜਾ ਹੈਗਾ ਸਾਡੀ ਜ਼ਮੀਨ ਉਪਜਾਊ ਬਣਦੀ ਆ, ਉਹਦੇ ਵਿੱਚ ਮੱਲੜ ਦੀ ਜਿਹੜੀ ਮਾਤਰਾ ਉਹ ਵੱਧਦੀ ਹੈ, ਉਹਦੀ ਪਾਣੀ ਧਾਰਨ ਕਰਨ ਦੀ ਸਮਰੱਥਾ ਵੱਧਦੀ ਹੈ, ਅਤੇ ਉਹਦਾ ਉਪਜਾਊਪਣ ਵਧਣ ਕਰਕੇ ਉੱਥੇ ਜਿਹੜੀ ਆਪਾਂ ਫਸਲ ਬੀਜਦੇ ਹਾਂ ਉਹਦੀ ਚੰਗੀ ਜਰਮੀਨੇਸ਼ਨ ਹੁੰਦੀ ਹੈ, ਚੰਗੀ ਗਰੋਥ ਹੁੰਦੀ ਹੈ, ਅਤੇ ਉਹਦੇ ਤੋਂ ਚੰਗੇ ਅੱਗੇ ਨਤੀਜੇ ਮਿਲਦੇ ਆ। ਸੋ ਸਾਰੇ ਕਿਸਾਨ ਵੀਰਾਂ ਨੂੰ ਚਾਹੀਦਾ ਕਿ ਉਹ ਆਪਣੀ ਖੇਤੀ ਦੇ ਵਿੱਚ ਮਿਸ਼ਰਤ ਹਰੀ ਖਾਦ ਨੂੰ ਲਾਜ਼ਮੀ ਜਗ੍ਹਾ ਦੇਣ। ਸਾਡਾ ਮਕਸਦ ਇਹ ਹੋਣਾ ਚਾਹੀਦਾ ਕਿ ਜਿਹੜੀ ਜ਼ਮੀਨ ਤੋਂ ਅਸੀਂ ਲਗਾਤਾਰ ਫਸਲਾਂ ਲੈ ਰਹੇ ਹਾਂ ਉਸ ਜ਼ਮੀਨ ਨੂੰ ਵੀ ਕੁਝ ਨਾ ਕੁਝ ਦਿੰਦੇ ਰਹੀਏ ਸਾਲ ਦਰ ਸਾਲ ਹਰ ਵਾਰ। ਜੇ ਅਸੀਂ ਆਪਣੀ ਜ਼ਮੀਨ ਨੂੰ ਲਗਾਤਾਰ ਚੂਸਦੇ ਰਹਾਂਗੇ ਤਾਂ ਇੱਕ ਦਿਨ ਜ਼ਮੀਨ ਜਵਾਬ ਦੇ ਜਾਵੇਗੀ। ਇਸ ਲਈ ਲਾਜ਼ਮੀ ਹੈ ਕਿ ਅਸੀਂ ਜ਼ਮੀਨ ਨੂੰ ਚੂਸਦੇ ਰਹਿਣ ਦੀ ਬਜਾਏ ਜ਼ਮੀਨ ਨੂੰ ਵੀ ਕੁਝ ਦੇਣ ਦਾ ਉਪਰਾਲਾ ਕਰਦੇ ਰਹੀਏ, ਅਤੇ ਮਿਸ਼ਰਤ ਹਰੀ ਖਾਦ ਸਭ ਤੋਂ ਵਧੀਆ ਉਪਰਾਲਾ ਹੈਗਾ ਜ਼ਮੀਨ ਨੂੰ ਖੁਰਾਕ ਦੇਣ ਦਾ। ਧੰਨਵਾਦ। ਸੋ ਦੋਸਤੋ, ਗੁਰਪ੍ਰੀਤ ਦਬੜੀਖਾਨਾ ਤੋਂ ਸੁਣਿਆ ਔਰੋ ਗ੍ਰੀਨ ਦੇ ਬਾਰੇ। ਔਰੋ ਗ੍ਰੀਨ ਕੀ ਹੁੰਦਾ ਹੈ? ਗੁਰਪ੍ਰੀਤ ਦਬੜੀਖਾਨਾ ਲੰਬੇ ਸਮੇਂ ਤੋਂ ਖੇਤੀ ਵਿਰਾਸਤ ਮਿਸ਼ਨ ਦੇ ਕਾਰਕੁਨ ਔਰ ਸੀਨੀਅਰ ਆਗੂ ਨੇ, ਜੋ ਕੁਦਰਤੀ ਖੇਤੀ ਦੀ ਤਕਨੀਕਾਂ ਦੇ ਬਾਰੇ ਖੇਤੀ ਵਿਰਾਸਤ ਮਿਸ਼ਨ ਦੇ ਵਿੱਚ ਜ਼ਿੰਮੇਵਾਰੀ ਰੱਖਦੇ ਨੇ। ਆਓ ਹੁਣ ਸੁਣਦੇ ਹਾਂ ਇੱਕ ਗੀਤ। ਕਿਤੇ ਮੇਰੀ ਰੱਬਾ ਸਾਡੇ ਵੀ ਪੰਜਾਬ ਤੇ ਜਿਵੇਂ ਤੂੰ ਕਰੀਏ ਮੇਰ, ਜਿਵੇਂ ਤੂੰ ਕਰੀਏ ਮੇਰ ਸਿੱਕਮ ਜੇ ਰਾਜ ਤੇ, ਕਰੀ ਕਿਤੇ ਮੇਰ ਰੱਬਾ ਕਰੀ ਕਿਤੇ ਮੇਰ ਬੇ, ਕਰੀ ਕਿਤੇ ਮੇਰ ਰੱਬਾ ਸਾਡੇ ਵੀ ਪੰਜਾਬ ਤੇ। ਸਾਡਾ ਤਾਂ ਉਹ ਖਾਣਾ ਦਾਣਾ ਸਭ ਜ਼ਹਿਰ ਹੋ ਗਿਆ, ਧਰਤੀ ਵਿਚਾਰੀ ਉੱਤੇ ਬੜਾ ਕਹਿਰ ਹੋ ਗਿਆ। ਅੱਗਾ ਲਗਾ ਕੇ ਇਹਦਾ, ਅੱਗਾ ਲਗਾ ਕੇ ਇਹਦਾ ਸਾੜ ਦਿੱਤਾ ਤਾਬ ਵੇ, ਕਰੀ ਕਿਤੇ ਮੇਰ ਰੱਬਾ ਕਰੀ ਕਿਤੇ ਮੇਰ ਬੇ, ਕਰੀ ਕਿਤੇ ਮੇਰ ਰੱਬਾ ਕਰੀ ਕਿਤੇ ਮੇਰ ਬੇ। ਸਾਹੀਵਾਲ ਰਾਠੀ ਗੀਰ ਸਿੱਧੀਆਂ ਵਿਸਾਰੀਆਂ, ਓ ਸਾਹੀਵਾਲ ਰਾਠੀ ਗੀਰ ਸਿੱਧੀਆਂ ਵਿਸਾਰੀਆਂ, ਬੁਲਤਾਂ ਚੋਂ ਖਰੀਦੀਆਂ ਜੋ ਨਿਰੀਆਂ ਬਿਮਾਰੀਆਂ, ਬੁਲਤਾਂ ਚੋਂ ਖਰੀਦੀਆਂ ਜੋ ਨਿਰੀਆਂ ਬਿਮਾਰੀਆਂ। ਮਿੱਟੀ ਤਾਂਬਾ ਕਾਂਸੀ ਛੱਡੇ, ਮਿੱਟੀ ਤਾਂਬਾ ਕਾਂਸੀ ਛੱਡੇ ਡੁੱਲ ਗਏ ਜਹਾਜ਼ ਤੇ, ਕਰੀ ਕਿਤੇ ਮੇਰ ਮੌਲਾ ਕਰੀ ਕਿਤੇ ਮੇਰ ਵੇ, ਕਰੀ ਕਿਤੇ ਮੇਰ ਰੱਬਾ ਸਾਡੇ ਵੀ ਪੰਜਾਬ ਤੇ। ਹੋ ਪੂਰਾ ਔਰਗੈਨਿਕ ਬਣਾ ਦੇਵੇ ਪੰਜਾਬ ਨੂੰ, ਪੂਰਾ ਔਰਗੈਨਿਕ ਬਣਾ ਦੇਵੇ ਪੰਜਾਬ ਨੂੰ, ਪਹਿਲਾਂ ਵਾਲੇ ਰੂਪ ਵਿੱਚ ਲਿਆ ਦੇਵੇ ਪੰਜਾਬ ਨੂੰ, ਪਹਿਲਾਂ ਵਾਲੇ ਰੂਪ ਵਿੱਚ ਲਿਆ ਦੇਵੇ ਪੰਜਾਬ ਨੂੰ। ਤਾਰਾ ਅਰਦਾਸਾਂ ਕਰੇ, ਤਾਰਾ ਅਰਦਾਸਾਂ ਕਰੇ ਖੜਕੇ ਬਿਠਾਬ ਤੇ, ਕਰੀ ਕਿਤੇ ਮੇਰ ਰੱਬਾ ਕਰੀ ਕਿਤੇ ਮੇਰ ਵੇ, ਕਰੀ ਕਿਤੇ ਮੇਰ ਮੌਲਾ ਸਾਡੇ ਵੀ ਪੰਜਾਬ ਤੇ। ਜਿਵੇਂ ਤੂੰ ਕਰੀਏ ਮੇਰ, ਜਿਵੇਂ ਤੂੰ ਕਰੀਏ ਮੇਰ ਸਿੱਕਮ ਜੇ ਰਾਜ ਤੇ, ਕਰੀ ਕਿਤੇ ਮੇਰ ਰੱਬਾ ਸਾਡੇ ਵੀ ਪੰਜਾਬ ਤੇ, ਕਰੀ ਕਿਤੇ ਮੇਰ ਮੌਲਾ ਕਰੀ ਕਿਤੇ ਮੇਰ ਵੇ, ਕਰੀ ਕਿਤੇ ਮੇਰ ਰੱਬਾ
ਸਾਡੇ ਵੀ ਪੰਜਾਬ ਤੇ। ਦੋਸਤੋ ਦੱਸਿਆ ਜੇ ਬਲਿਹਾਰੀ ਕੁਦਰਤ ਆਡੀਓ ਮੈਗਜ਼ੀਨ ਦਾ ਇਹ 20ਵਾਂ ਅੰਕ ਤੁਹਾਨੂੰ ਕਿਸ ਤਰ੍ਹਾਂ ਲੱਗਾ? ਖੇਤੀ ਵਿਰਾਸਤ ਮਿਸ਼ਨ ਦੇ ਦਫ਼ਤਰ ਸੰਪਰਕ ਕਰਿਆ ਜੇ, ਸਾਨੂੰ ਦੱਸਿਆ ਜੇ, ਅਸੀਂ ਚਾਹਵਾਂਗੇ ਤੁਸੀਂ ਸਾਨੂੰ ਫੀਡਬੈਕ ਦਿਓ। ਔਰ ਬਲਿਹਾਰੀ ਕੁਦਰਤ ਆਡੀਓ ਮੈਗਜ਼ੀਨ ਦੀ ਟੀਮ ਸਰਵੋਤਮ ਸ਼ਰਮਾ ਔਰ ਉਮੇਂਦਰ ਦੱਤ ਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।